लाइव दे विच हर एक केस दा बंदा बैठा ते उस बंदियां नूं जवाब आ जिहड़े बंदे कहिंदे सिद्धू नूं सपोर्ट ओह करदे जिन्हां दी अजे तक वोट तक नहीं बनी ठीक आ सीरियसली मैन आ लाइव दे विच हर एक केस दा बंदा बैठा उस एज दे हिसाब नाल हर एक तरह दा गाना गा रिहा बंदा स्वागत है ताड़ा अपने YouTube चैनल ते जिहदा नाम है रिएक्ट हब मैं ताड़ा अपना अमनदीप मैं ताड़ा अपना जसमीर अज दी रिएक्शन वीडियो सिद्धू मूसेवाले दे दड़बे लाइव ते पार्ट फोर्थ देखदे आ इच नवे नवे गाने ने हुण नवीआं नवीआं लाइनां ने कि बाई ने पिछले लाइव च सिद्धू ने कहा सीगा कि पड़ाके लेके लैके आ कल्ले कल्ले ते चलणगे ओह वाला काम आ देखदे आ लैने आ स्वाद वधदे आ वीडियो वल स्टे ट्यून कर दी शुरू लेट्स सी ਤਾਹੀ ਆਪਾਂ ਕਿਸੇ ਨਾਲ ਖੇਂਦ ਨਹੀਂ ਤੇ ਆਪਣੇ ਨਾਲ ਆ ਕੇ ਪਤਾ ਨਹੀਂ ਕਿਲੋਮੀਟਰ ਦੇ ਬੰਦਾ ਵਜਦਾ ਵੀ ਵੱਧ ਮੇਰੇ ਵਿੱਚ ਮੈਂ ਕਿਹਾ ਭਰਾਵਾ ਇਸ ਤਾਂ ਪਹਿਲਾਂ ਹੀ ਇਹੋ ਜਿਹੇ ਹੋਏ ਪਿਆ ਤੇਰੇ ਨੁਕਸਾਨ ਹੋਣਾ ਇਸ ਤਾਂ ਲੰਘ ਜਾਣਾ ਰੋਡ ਵੇ ਬੰਦੂ ਸੀਰੀਅਸਲੀ ਮੈਂ ਕਹਿੰਦਾ ਆਪਾਂ ਤਾਂ ਕਿਸੇ ਨਾਲ ਖੇਂਦੇ ਨਹੀਂ ਗੇ ਆ ਕੇ ਕਿਲੋਮੀਟਰ ਚ ਬੰਦਾ ਮੇਰੇ ਨਾਲ ਕਹਿੰਦਾ ਫਿਰਦਾ ਬਿਨਾਂ ਮਤਲਬ ਤੋਂ ਹਨਾ ਕਹਿੰਦਾ ਮੇਰਾ ਕੁਛ ਨਹੀਂ ਜਾਣਾ ਮੈਂ ਤਾਂ ਲੰਘ ਜੂੰਗਾ ਆਪਣਾ ਹਿਸਾਬ ਰੋਡਵੇਜ ਦੀ ਬੱਸ ਵਾਲਾ ਵਾ ਵਾਕਈ ਸੀਰੀਅਸਲੀ ਮੈਂ ਮਤਲਬ ਜਾਣ ਕੇ ਫੇਮ ਲੈ ਲਈ ਯਾਰ ਬਿਨਾਂ ਮਤਲਬ ਤੋਂ ਕਹੀ ਜਾਂਦੇ ਆ ਹੁਣ ਵੀ ਡਿਸ ਟਰੈਕ ਦੇਈ ਜਾਂਦੇ ਸੀ ਹਨਾ ਜਦੋਂ ਦਾ ਐਸਕੇਪ ਗੋਟ ਆਇਆ ਫਲਾਨਾ ਜੀ ਸਿੱਧੂ ਏਦਾਂ ਸਿੱਧੂ ਓਦਾਂ ਉਹ ਇੱਕ ਭਰਾਵਾ ਬੋਲੀ ਜਾਂਦਾ ਵੀ ਉਹਨਾਂ ਤੋਂ ਸਿਰ ਤੋਂ ਫੇਮ ਲੈ ਕੇ ਹੁਣ ਛੱਡ ਤੇ ਯਾਰ ਤੁੱਕ ਬਣਦੀ ਕੋਈ ਉਹ ਤੁੱਕ ਹਜ਼ਮ ਵੀ ਨਹੀਂ ਹੁੰਦੀ ਉਹਦਾ ਗੱਲ ਵੀ ਸੈਂਸ ਵੀ ਹੈ ਨਹੀਂ ਪਤਾ ਹੀ ਨਹੀਂ ਕੀ ਲੋਕੀ ਗਾਈ एक बार रुकते हैं फिर इस तो बाद वध टाइम कढ़दे हैं जिहड़ा रंग ढोल आला बंदा पिया ना ते जिहड़े लोर दे विच ओह आ उहने जिहड़ा फ्लो बन्निया पिया उस्ताद लाइव दे विच सीरियसली मैन सीरियसली एनर्जेटिक बहुत आ बंदा सीरियसली ओहदे इक ढोल मतलब पता तां है ही आ कि ढोल दी बीट जदों चलदी आ उदों मल्लो मल्ली नच्चण दा दिल करन लग पैंदा बट आ लाइव दे उत्ते जिन्ना परफेक्टली बंदा ढोल वजा रिहा ना यार हर लाइव इहदे रिएक्शन वीडियो च ही कह रहे हैं ये चीज है ना भाई सल्यूट आ सल्यूट आ भाई सल्यूट आ रोल ढोल दा ही है क्योंकि ज्यादा लाउडली ओ सुनना बंदा पर सारे आने इंस्ट्रूमेंट जेड़े छोटा तो छोटा भी यूज करदा पिया बस रिस्पेक्ट सब दी है भाई ढोल दी बीट दा एक अलग जेड़ा स्वाद है ना वो गल है झूटा देख के मैं कड़ा सांझ जट ਉਸਤਾਦ ਚੈੱਕ ਕੀਤਾ ਸਟੈਪ ਡਾਲਰਾ ਵਾਂਗੂ ਨੀ ਜਦੋਂ ਨਾਮ ਸਾਡਾ ਡਾਲਰਾ ਵਾਂਗੂ ਨੀ ਨਾਮ ਸਾਡਾ ਚੱਲਦਾ ਉਤੋਂ ਸਿੱਧੂ ਵੀ ਜਿਹੜਾ ਸਾਈਨ ਕਰਦਾ ਪਿਆ ਪਿੱਛੋਂ ਢੋਲ ਦੀ ਬੀਟ ਚੈੱਕ ਕਰੀ ਤੇ ਸਾਈਨ ਮੈਚ ਕਰੀ Oh, 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 oh,
ਪਿੱਛੇ ਪਿੱਛੇ ਮਿੰਟ ਦੇ ਵਿਚ ਬੰਦਾ ਠੋਕ ਦਿੰਦਾ ਏ ਕਿ ਘੈਂਟ ਆ ਯਾਰ ਬੰਦਾ ਪਰਸਨੈਲਿਟੀ ਬੰਬ ਆ ਸਿੱਧੂ ਦੀ ਕੁੜਤਾ ਪਜਾਮਾ ਜੈਕਟ ਪਾਇਆ ਪੱਗ ਦੇ ਕਿੱਡੀ ਸੋਹਣੇ ਰੰਗ ਦੀ ਬੰਨੀ ਹੋਈ ਆ ਉਸਤਾਦ ਸਲਿਊਟ ਆ ਮੈਨ ਸਲਿਊਟ ਆ ਯਾਰ ਸਲਿਊਟ ਆ ਸਿੱਧੂ ਨੂੰ ਬੰਦਾ ਸੋਚਣ ਹੀ ਲੱਗ ਜਾਂਦਾ ਹਿਊਮਨ ਨੇਚਰ ਆ ਹਨਾ ਉਸ ਹਿਸਾਬ ਨਾਲ ਬੰਦੇ ਨੇ ਚੀਜ਼ ਹੀ ਚੱਕ ਕੇ ਲੱਖ ਦੀ ਦੂਜੇ ਸਾਈਡ ਤੇ ਉਹਨਾਂ ਨੇ ਅੱਖਾਂ ਮਿਲੀਆਂ ਤੇ ਗੱਲਾਂ ਗੋਲ ਮੋੜ ਲਈ ਸਿੱਧੂ ਹੁਣ ਗਾਉਣ ਲੱਗਾ ਉਸਤਾਦ ਬੰਦੇ ਨੇ ਮਾਹੌਲ ਦੇ ਕੀ ਬਣਾਤਾ ਯਾਰ ਕਿਆ ਸਵਾਦ ਸਿਆਣੇ ਵੀ ਵਿੱਚ ਬੈਠੇ ਆ ਓਬਵੀਅਸਲੀ ਪੂਰਾ ਯਾਰ ਮਾਹੌਲ ਬਣਾਤਾ ਇੱਕ ਨੰਬਰ ਬੰਦਾ ਸਟੇਜ ਤੇ ਆ ਕੇ ਚੀਜ਼ ਇਹਨੇ ਨੋਟਿਸ ਕਰ ਲਈ ਜਿਹੜੀ ਚੀਜ਼ ਆਪਾਂ ਪਹਿਲਾਂ ਵੀ ਕਹੀ ਆ ਪਹਿਲੇ ਪਾਰਟ ਦੇ ਵਿੱਚ ਚੈੱਕ ਕਰਿਓ ਕਿ ਬੰਦੇ ਨੇ ਇੱਕ ਚੀਜ਼ ਨੋਟਿਸ ਕੀਤੀ ਤੇ ਕਰੀ ਜਾ ਰਿਹਾ ਵਾਰ ਵਾਰ ਕਿ ਲਾਈਵ ਦੇ ਵਿੱਚ ਹਰ ਇੱਕ ਕੇਸ ਦਾ ਬੰਦਾ ਬੈਠਾ ਤੇ ਉਸ ਬੰਦਿਆਂ ਨੂੰ ਜਵਾਬ ਆ ਜਿਹੜੇ ਬੰਦੇ ਕਹਿੰਦੇ ਸਿੱਧੂ ਨੂੰ ਸਪੋਰਟ ਉਹ ਕਰਦੇ ਜਿਨ੍ਹਾਂ ਦੀ ਅਜੇ ਤੱਕ ਵੋਟ ਤੱਕ ਨਹੀਂ ਬਣੀ ਠੀਕ ਆ ਆਹ ਲਾਈਵ ਦੇ ਵਿੱਚ ਹਰ ਇੱਕ ਏਜ ਦਾ ਬੰਦਾ ਬੈਠਾ ਉਸ ਏਜ ਦੇ ਹਿਸਾਬ ਨਾਲ ਹਰ ਇੱਕ ਤਰ੍ਹਾਂ ਦਾ ਗਾਣਾ ਗਾ ਰਿਹਾ ਬੰਦਾ ਸਿੱਧੂ ਠੀਕ ਆ ਤੇ ਦੇਖਦੇ ਆ ਕਿ ਕੀ ਬਣਦਾ ਕੀ ਨਹੀਂ ਬਣਦਾ ਠੀਕ ਆ ਉਸ ਹਿਸਾਬ ਨਾਲ ਦੇਖਦੇ ਆ ਕਰਦੇ ਆ ਵਧਾਉਂਦੇ ਆ ਅੱਗੇ ਵੀਡੀਓ ਸੁਣਦੇ ਆ ਕੀ ਕਹਿੰਦਾ ਕਿਹੜਾ ਗਾਣਾ ਚੱਲਦਾ ਹਨਾ
ਗੱਲਬਾਤ ਬਣਦੀ ਹੈ। ਇਸ ਤੋਂ ਬਾਅਦ ਦੇਖਦੇ ਹਾਂ, ਸੁਣਦੇ ਹਾਂ ਹੁਣ ਮਿਊਜ਼ਿਕ ਕਿਵੇਂ ਦਾ ਵਾ, ਕੀ ਸਿਸਟਮ ਲਾਉਂਦਾ ਹੈ ਨਾ, ਚੀਜ਼ ਦੇਖਦੇ ਹਾਂ ਮਿਊਜ਼ਿਕ ਦਾ ਹਿਸਾਬ ਆ, ਕੀ ਗੱਲਬਾਤ ਕੀ ਆ ਇਹਦੀ, ਹੈ ਨਾ। ਵਾਕਈ ਬੰਦੇ ਨੇ ਇਹ ਚੀਜ਼ ਵੀ ਦਿਖਾਤੀ ਕਿ ਜਿਹੜੇ ਬੰਦੇ ਕਹਿੰਦੇ ਸੀ ਨਾ ਕਿ ਸਿੱਧੂ ਸਿਰਫ ਆਪਣੇ ਗਾਣੇ ਹੀ ਗਾ ਲੈਂਦਾ, ਠੀਕ ਆ ਵੀ ਇਹਨੂੰ ਆਪਣੇ ਗਾਣਿਆਂ ਦੀ ਆਦਤ ਪਈ ਹੋਈ ਆ, ਉਸ ਹਿਸਾਬ ਨਾਲ ਤਾਂ ਹਰ ਕੋਈ ਗਾ ਲੂ ਆਪਦੇ ਗਾਣੇ ਜੇ ਵੋ, ਹਰ ਇੱਕ ਲੈਵਲ ਦਾ ਗਾਣਾ, ਹਰ ਇੱਕ ਵੇ ਦਾ ਗਾਣਾ ਤੇ ਹਰ ਇੱਕ ਕਨਸੈਪਟ ਦਾ ਗਾਣਾ ਗਾ ਕੇ ਦਿਖਾ ਰਿਹਾ ਉਹ, ਕਿ ਵਹਿਮ ਨਾ ਰੱਖਿਓ ਕੋਈ, ਦਸ ਕਢਾਉਣਾ ਤਾਂ ਨੀ ਮੈਂ ਡਾਕਟਰ ਵਹਿਮਾਂ ਦਾ। ਤੇਰੀ ਝੋਟਿਆ ਤੇਰੀ ਝੋਟਿਆ ਚੱਕਣ ਨੂੰ ਕਹਿ ਦਿੰਦਾ ਨਾ ਢੋਲ ਵਾਲੇ ਨੂੰ, ਢੋਲ ਵਾਲਾ ਹਨੇਰੀ ਠਾਲ ਦਿੰਦਾ ਉਸਤਾਦ, ਇੱਕ ਅਲੱਗ ਹੀ ਮਾਹੌਲ ਬਣ ਜਾਂਦਾ, ਅਲੱਗ ਹੀ ਫਲੋ ਤੁਰ ਪੈਂਦਾ ਉਸਤਾਦ ਸੀਰੀਅਸਲੀ। ਉੱਤੋਂ ਝੋਟਾ ਜਦੋਂ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਨਾ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ ਉਸਤਾਦ, ਸੀਰੀਅਸਲੀ ਸਲਿਊਟ ਆ ਬੰਦੇ ਨੂੰ। ਇਹਦੀ ਗੱਲ ਉਹੀ ਆ ਗਈ ਨਾ ਕਿ ਖਬਰਾਂ ਤਾਂ ਬਣਦੀਆਂ ਨੇ ਸਿੱਧੂ ਦੀਆਂ, ਚਾਹੇ ਛਿੱਕ ਮਾਰ ਦੇਵੇ, ਚਾਹੇ ਕਹਿ ਦੇਵੇ ਹੈਲੋ, ਇਹਦੀ ਖਬਰ ਵੀ ਬਣ ਜਾਂਦੀ, ਸਿੱਧੂ ਨੇ ਇੱਦਾਂ ਕਿਹਾ ਹੈਲੋ, ਹੈ ਨਾ ਉੱਦਾਂ ਕਿਹਾ ਹੈਲੋ। ਥਾਪੀ ਦੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਕਰਾਊਡ ਕਿੱਦਾਂ ਗਾਹ ਪਾ ਦਿੰਦਾ, ਬਹੁਤ ਚਰਚੇ ਹੋਏ। ਅੱਜ ਦੇ ਟਾਈਮ ਦੀ ਗੱਲ ਸੁਣਾਵਾਂ, ਹੈਗੀ ਛੋਟੀ ਜੀ ਆ ਪਰ ਹੈ ਹੈ ਕੰਮ ਦੀ। ਉਹ ਜਿਵੇਂ ਸੂਰਜ ਨਾ ਦਵੇ ਚੰਨ ਤਾਰਿਆਂ ਕੋਲੋਂ, ਉਵੇਂ ਦਬਦਾ ਨੀ ਜੱਟ ਇਹਨਾਂ ਸਾਰਿਆਂ ਕੋਲੋਂ। ਸੀਰੀਅਸ ਲੋਕ ਮੈਨੂੰ ਕਹਿੰਦੇ ਕਿੱਥੋਂ ਸਿੱਖੇ ਜ਼ਿੰਦਗੀ, ਉਹ ਮੈਂ ਸਿੱਖਦਾ ਜ਼ਿੰਦਗੀ ਚੋਂ ਹਾਰਿਆਂ ਕੋਲੋਂ। ਪਿੱਛੇ ਜੀਵ ਦੀ ਦੀਵਾਰ ਜਿਵੇਂ ਉਹ ਹੁੰਦਾ, ਉਹ ਲੋਕਾਂ ਪਿੱਛੇ ਹੁੰਦੀ ਆਪਣੀ ਪਾੜੇ ਦੀ, ਬੜੇ ਕਲਾਕਾਰ ਨੇ, ਬੜੇ ਆਰਟਿਸਟ ਨੇ ਜਿਨ੍ਹਾਂ ਦੇ
ਘਰਦਿਆਂ ਬਾਰੇ ਕਿਸੇ ਨੇ ਦੇਖਿਆ ਨੀ, ਪਤਾ ਨੀ ਹੈ ਨਾ ਕੌਣ ਨੇ। ਉਸਤਾਦ ਇਹ ਪਹਿਲਾ ਆਰਟਿਸਟ ਆ ਜੀ ਦੇ ਮੰਮੀ ਡੈਡੀ ਦਾ, ਫਾਦਰ ਮਦਰ ਦਾ ਪੂਰੇ ਵਰਲਡ ਦੇ ਵਿੱਚ ਪਤਾ, ਪੂਰੇ ਵਰਲਡ ਦੇ ਵਿੱਚ ਤੇ ਲਾਈਵ ਦੇ ਵਿੱਚ ਉਸਤਾਦ ਲੈ ਕੇ ਆਇਆ ਲੱਗਦਾ ਮੈਨੂੰ, ਜਿਹੜੇ ਹਿਸਾਬ ਨਾਲ ਪਿੱਛੇ ਹੱਥ ਕੀਤਾ ਇਹਨੇ ਹੈ ਨਾ। ਵੱਡੀਆਂ ਸਪੋਰਟਾਂ ਨਹੀਂ ਲਈਆਂ, ਕੱਲਾ ਹੀ ਵਾਧੂ ਆ ਮੇਰੀ ਪਾਪੀ, ਕਿਧਰੋਂ ਆਪਣੀ ਪਾਪੀ ਫਿਰ ਤੇਰੀ ਝੋਟਿਆ। ਕਹਿੰਦਾ ਇੱਕ ਬਾਪੂ ਦੀ ਥਾਪੀ, ਇੱਕ ਆਪਣੀ ਥਾਪੀ। ਬਾਪੂ ਦੀ ਥਾਪੀ ਮਤਲਬ ਮੋਢੇ ਦੇ ਉੱਤੇ ਕਿ ਪੁੱਤਰਾ ਚੱਕ ਦੇ ਕੰਮ ਖਿੱਚੀ ਰੱਖ, ਤੇ ਇੱਧਰੋਂ ਆਪਣੀ ਥਾਪੀ ਪੱਟ ਵਾਲੀ। ਕਹਿੰਦਾ ਉਹ ਦਬਿਆ ਹੋਇਆ ਕੰਮ, ਕਹਿੰਦਾ ਲੋਕਾਂ ਵਿੱਚ ਹੁੰਦੀ ਆ ਮਢੀਰ ਪਹਾੜੇ ਦੀ ਕਿ ਆ ਜਾ ਭਰਾਵਾ ਕੰਮ ਕੱਢਣਾ, ਜੇ ਕਰਨਾ ਉਹ ਕਰਨਾ, ਠੀਕ ਆ। ਕਹਿੰਦਾ ਮੇਰੇ ਪਿੱਛੇ ਮੇਰਾ ਬਾਪੂ ਖੜਾ ਤੇ ਮੈਨੂੰ ਇਸ ਚੀਜ਼ ਦਾ ਹੌਸਲਾ ਬਹੁਤ ਆ, ਠੀਕ ਆ, ਤੇ ਉਹਦੀ ਥਾਪੀ ਆ ਮੇਰੇ ਪਿੱਠ ਤੇ, ਆਪਾਂ ਕੰਮ ਦੱਬਿਆ ਹੋਇਆ। ਕਿਉਂਕਿ ਸਾਡੇ ਤੇ ਪੱਕ ਤਾਂ ਵੱਟਦੇ ਪਏ ਆ, ਜਦੋਂ ਮਰਜ਼ੀ ਕਰਵਾ ਦੇਣ। ਸਿੱਧੂ ਨੇ ਜੁੱਤੀ ਬਿਨਾਂ ਜਰਾਬਾਂ ਤੋਂ ਪਾਈ ਆ, ਦੇਹ ਪਰਚਾ ਦੇਹ ਪਰਚਾ। ਉਹੀ ਗੱਲ ਆ ਗਈ, ਸਿੱਧੂ ਨੇ ਛਿੱਕ ਮਾਰੀ, ਸਿੱਧੂ ਦੇ ਦੇਹ ਪਰਚਾ, ਸਿੱਧੂ ਨੇ ਉਹ ਕਰਤਾ ਉਹ ਗੱਲ, ਦੇ ਇੱਦਾਂ ਨਾ। ਸਿੱਧੂ ਦੇ ਖਬਰਾਂ ਬੜੀਆਂ ਜਲਦੀ ਬਣ ਜਾਂਦੀਆਂ ਯਾਰ, ਚੱਕਰ ਇਹੀ ਆ ਵੀ ਬਹੁਤ ਚੀਜ਼ਾਂ ਹੋਈਆਂ ਇੱਦਾਂ ਹਨਾ, ਬਿਨਾਂ ਮਤਲਬ ਤੋਂ। ਜਿਵੇਂ ਕਹਿ ਲਓ ਕਿ ਸਿੱਧੂ ਚਾਰ ਬੰਦੇ ਬੈਠਾ, ਪੂੰਜੇ ਬੈਠਾ ਰੋਟੀ ਖਾਂਦਾ ਸੀ, ਉਹ ਯੂਟਿਊਬ ਤੇ ਖਬਰ ਬਣਾ ਕੇ ਚਾੜਦੀ, ਪੂੰਜੇ ਬੈਠ ਕੇ ਸਿੱਧੂ ਮੂਸੇਵਾਲਾ ਖਾ ਰਿਹਾ ਸੀ ਰੋਟੀ, ਪੂੰਜੇ ਬੈਠ ਕੇ ਸਿੱਧੂ ਮੂਸੇਵਾਲੇ ਨੇ ਖਾਧਾ ਅੰਬ ਦਾ ਚਾਰ ਨਾਲ ਇੱਕ ਪਰੌਂਠਾ। ਬੰਦਾ ਇੰਨੀਆਂ ਚੀਜ਼ਾਂ ਨਾਲ ਕੈਰੀ ਕਰਕੇ ਫਿਰ ਵੀ ਖੁਸ਼ੀ ਨਾਲ ਚੱਲ ਰਿਹਾ, ਤੇ ਪੀਕ ਤੇ ਬੈਠਾ ਉਸਤਾਦ। ਜਿੰਨਾ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਰੱਬ ਉਹਨੂੰ ਉਨੀ ਤਰੱਕੀ ਦਿਓ। ਜੇ ਉਹੀ ਗੱਲ ਆ ਗਈ ਫਿਰ, ਜਿੰਨੀਆਂ ਲੱਤਾਂ ਖਿੱਚੋਗੇ ਤਾਂ ਝੋਟਾ ਵਾਏ ਤੁਹਾਨੂੰ ਵੀ ਘੜੀ ਸੂਗਾ ਤੇ ਓਨਾ ਹੀ ਅੱਗੇ ਜਾਊਗਾ ਇਹ। ਜੇ ਇਹਨੂੰ ਤੁਸੀਂ ਚਾਰ ਕਦਮ ਪਿੱਛੇ ਖਿੱਚੋਗੇ ਨਾ ਤਾਂ 100 ਫੁੱਟ ਤੁਹਾਨੂੰ ਅੱਗੇ ਘੜੀਸ ਕੇ ਲੈ ਕੇ ਜਾਊਗਾ, ਤੇ ਜਵਾਬ ਦਿੰਦਾ ਗਾਣਿਆਂ 'ਚ ਠੋਕ ਕੇ। ਫਿਰ ਇਧਰ ਦੇਖਣ ਵੀ ਗੱਲ ਸੁਣਾਉਣੀ ਆ, 7-8 ਕੰਪਲੇਂਟਾਂ ਹੋਈਆਂ ਸੀ ਮੇਰੇ ਤੇ, ਸ਼ਾਇਦ ਅੱਜ ਮੈਂ ਇੱਥੇ ਨਾ ਵੀ ਹੁੰਦਾ ਜੇ ਜਮਾਨਤ ਨਾ ਹੁੰਦੀ। ਉਹ ਗੱਲ ਤੁਹਾਡੇ ਸਾਰਿਆਂ ਵਾਸਤੇ ਕਰਨ ਲੱਗਿਆ, ਜਿਹਨੂੰ ਜਿਹਨੂੰ ਸਹੀ ਲੱਗੀ ਨਾ, ਸ਼ਾਇਦ ਮੈਂ ਇੱਥੇ ਆਉਣੀ ਨਾ ਬਾਈ, ਰਾਜ ਚਾਹ ਰਿਹਾ ਸੀ ਤੇ ਗੱਲ ਹੋਣੀ, ਤੁਹਾਡੇ ਸਾਰਿਆਂ ਨੇ ਲਿਖੀ ਹੈ, ਸੁਣ ਕੇ ਜ਼ਰੂਰ ਦੱਸਿਓ। ਉਹ ਕੰਨ ਕਰ ਤੈਨੂੰ ਇੱਕ ਗੱਲ ਦੱਸਣੀ, ਰਹਿਰੀ ਇੰਜ ਵਹਿਰੀਆਂ ਦੇ ਗਿਰਦੇ ਲਈ, ਉਂਜ ਜੈਲੋਂ ਜੁਲੋਂ ਘਬਰਾਹਟ ਕੋਈ ਨਾ, ਫਿਰ ਐਂਟੀਮੈਂਸ ਪੇਟਰੀ ਲਈ ਦੜਬੇ ਲਈ, ਬਾਅਦ ਚੋਂ ਦੱਸੀ। ਰਸਤੇ ਦੇ ਵਿੱਚ ਹੀ ਗਾਣਾ ਲਿਖ ਲਿਆ, ਕਿੰਨਾ ਕੁ ਸਫ਼ਰ ਹੋਣਾ ਪਹੁੰਚਣ ਦਾ, ਘੰਟੇ ਦਾ 2 ਘੰਟੇ ਦਾ, ਤੇ ਗਾਣਾ ਲਿਖਦਾ ਉਸਤਾਦ। ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂਗਾ, ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂਗਾ, ਵੈਰੀਆਂ ਨੇ ਕਰਦਾ ਜੋ ਠਾਇਆ ਹੋਇਆ, ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ, ਗੱਭਰੂ ਜਮਾਨਤ ਤੇ ਝੋਟੇ ਦੀ ਲਿਖੇ
ਸਿਰਫ ਇਹ ਦੇਖ ਤੂੰ ਸਫ਼ਰ ਦੇ ਵਿੱਚ ਹੀ ਆਉਂਦੇ ਆਉਂਦੇ ਹੀ ਲਿਖਦਾ ਗਾਣਾ, ਜੇ ਇਹੀ ਬੰਦਾ ਘਰੇ ਬੈਠ ਕੇ ਆਰਾਮ ਨਾਲ ਲਿਖਦਾ ਹੁੰਦਾ ਠੀਕ ਆ, ਤੇ ਇਹੀ ਗਾਣਾ ਕੀ ਲਿਖ ਦੇਣਾ ਸੀ ਇਹਨੇ। ਸੀਰੀਅਸਲੀ ਮੈਨ, ਹੁਣੇ ਕੋਈ ਕੰਪੈਰੀਜ਼ਨ ਨਹੀਂ ਹੈਗਾ ਬਾਕੀ, ਤੇ ਮਿਊਜ਼ਿਕ ਨਾਲ ਇਹ ਗਾਣੇ ਦਾ ਕੀ ਲੈਵਲ ਹੋਣਾ ਸੋਚ, ਕੋਈ ਪਤਾ ਨਹੀਂ ਆਉਣ ਵਾਲਾ ਹੋਵੇ, ਹੋ ਸਕਦਾ ਇਹ ਰੀਤ ਮੁੰਡ ਤੋਂ ਚੜਿਆ ਹੋਇਆ ਨੂੰ ਥੱਲੇ ਲਾਉਂਦੀ ਰਹਿੰਦੀ ਹੈ, ਉਹ ਦਾਤਾ ਸਾਡੇ ਚਰਚੇ ਕਰਾਉਂਦਾ ਰਹਿੰਦਾ ਹੈ ਤੇ ਦੁਨੀਆ ਪਰਚੇ ਕਰਾਉਂਦੀ। ਬਹੁਤ ਡੂੰਗੀ ਤੇ ਬਹੁਤ ਹੀ ਵਧੀਆ ਗੱਲ ਕੀਤੀ, ਬਹੁਤ ਸੋਹਣੀ ਗੱਲ ਕੀਤੀ, ਕਹਿੰਦਾ ਦੁਨੀਆ ਪਰਚੇ ਕਰਾਉਂਦੀ ਰਹਿੰਦੀ ਹੈ ਤੇ ਦਾਤਾ ਜਿਹੜਾ ਮੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦਾ ਉਹ ਚਰਚੇ ਕਰਾਈ ਜਾਂਦਾ ਮੇਰੇ, ਉਹਦਾ ਹੱਥ ਮੇਰੇ ਸਿਰ ਦੇ ਉੱਤੇ ਹੈਗਾ ਕਹਿੰਦਾ। ਗੱਭਰੂ ਦੀ ਝੜਦੀ ਹੋਈ ਗੁੱਡੀ ਦੇਖ ਕੇ ਕਈਆਂ ਦੀ ਐ ਕਿਸ਼ਤੀ ਦੀ ਜਾਂਦੀ ਡੁੱਬਦੀ, ਸੁਣਿਆ ਮੈਂ ਕਈਆਂ ਨੂੰ ਮੂਸੇ ਵਾਲੇ ਜੱਟਦੀ ਕਾਲੀ ਕਾਲੀ ਜਿਹੜੀ ਵਾਲੀ ਰੇਂਜ ਚੁਬਦੀ। ਸਹੀ ਆ ਉਸਤਾਦ, ਸਹੀ ਆ, ਗਾਡ ਟਾਈਮ ਬ੍ਰੋ, ਸੀਰੀਅਸਲੀ ਕਹਿੰਦਾ ਤਰੱਕੀ ਦੇਖ ਕੇ ਕਈਆਂ ਦੀ ਕਿਸ਼ਤੀ ਡੁੱਬਦੀ ਜਾਂਦੀ, ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦਾ ਕਰੀਅਰ ਡੁੱਬਦਾ ਜਾ ਰਿਹਾ ਕਿ ਯਾਰ ਕੀ ਗਾਈਏ ਅਸੀਂ ਕੀ ਛੱਡੀਏ, ਵੀ ਜੋ ਅਸੀਂ ਗਾਉਂਦੇ ਹਾਂ ਉਹ ਚੱਲ ਨਹੀਂ ਰਿਹਾ, ਜੋ ਅਸੀਂ ਰੈਕਡ ਕਰਾਉਂਦੇ ਪਏ ਹਾਂ ਠੀਕ ਆ ਉਹ ਕਿਸੇ ਕੰਮ ਦਾ ਨਹੀਂ ਰਹਿ ਰਿਹਾ ਕਿਉਂਕਿ ਇਹ ਛੱਡ ਦਿੰਦਾ ਝੋਟਾ। ਸਹੀ ਆ, ਮਤਲਬ ਬਾਕੀਆਂ ਲਈ ਗਾਣਾ ਕੱਢਣਾ ਵੇਸਟ ਆਫ ਮਨੀ, ਵੇਸਟ ਆਫ ਮਨੀ ਹੋਇਆ ਪਿਆ। ਸਹੀ ਆ, ਤੇ ਕਹਿੰਦਾ ਗਾਣੇ ਦੀ ਤਾਂ ਛੱਡੋ ਚੱਲ ਖਾਧੀ ਖੜੀ, ਮੇਰੀ ਗੱਡੀ ਚੁਬੀ ਜਾਂਦੀ ਆ ਰੇਂਜ। ਸੀਰੀਅਸਲੀ ਮੈਨ, ਇੱਕ ਪਹਿਲਾ ਆਰਟਿਸਟ ਇਹੀ ਆ ਯਾਰ ਦੇਖਿਆ ਜਾਵੇ ਹੁਣ ਤੱਕ ਜਿਹਦੀਆਂ ਚੀਜ਼ਾਂ ਤੱਕ ਦੇ ਚਰਚੇ ਅਸਲੇ ਦੇ ਚਰਚੇ, ਟਰੈਕਟਰ ਦੇ, ਟਰੈਕਟਰ ਤੋਂ, ਟਰੈਕਟਰ ਤੋਂ ਸਲੰਸਰ ਤੱਕ ਦੇ ਚਰਚੇ, ਮਤਲਬ ਟਰੈਕਟਰ ਦੀ ਅਸੈਸਰੀ ਦੇ ਉਸਤਾਦ, ਅਸੈਸਰੀ ਦੇ ਫੋਟੋ ਲਾਈ ਸੀ ਉਹਦੇ, ਉਹਦਾ ਉਹਦਾ ਰੌਲਾ ਕੋਈ ਇਹ ਇਹ ਚੱਲ ਆਪਾਂ ਮੰਨ ਲੈਂਦੇ ਹਾਂ ਗੱਡੀ ਬਹੁਤ ਵੱਡੀ ਚੀਜ਼ ਹੋ ਗਈ, ਰੇਂਜ ਉਸਤਾਦ ਚੱਲ ਕੋਸਟਲੀ ਆ ਠੀਕ ਆ ਮੰਨ ਲਿਆ, ਚਲੋ ਮਿਡਲ ਕਲਾਸ ਤੋਂ ਆਇਆ ਬੰਦਾ ਠੀਕ ਆ ਸਹੀ ਆ, ਉਸਤਾਦ ਸਲਾਂਸਰ ਅਸੈਸਰੀ ਆ ਟਰੈਕਟਰ ਦੀ, ਉਹ ਇੱਕ ਇੱਕ ਸਟਿੱਕਰ ਉਹਦੇ ਤੇ ਭਰਾਵਾ ਕੰਪਲੇਂਟ, ਮਤਲਬ ਉਹ ਰੌਲਾ ਵੀ ਸਾਰੀ ਦੁਨੀਆ ਨੂੰ ਸਾਫ ਹੀ ਦੇਖਦਾ ਪਿਆ ਕਿ ਇਹਦੇ ਜਾਣ ਕੇ ਮਗਰ ਪਏ। ਸੀਰੀਅਸਲੀ ਯਾਰ, ਸੀਰੀਅਸਲੀ ਐਵੇਂ ਥੋੜੀ ਫਿਰ ਸਾਂਝ ਜੱਟ ਕਹਿੰਦੇ ਆ ਝੂਟਾ ਭਰਾਵਾ, ਤਾਂ ਜੇ ਵਿਗੜ ਜਾਂਦਾ ਤੇ ਭਰਾਵਾ ਸੰਭਲਦਾ ਨੀ ਗਾ, ਜਿਹਦੇ ਤੇ ਵਿਗੜਦਾ ਤੇ ਫਿਰ ਤਾਂ ਨੀ ਸੰਭਲਦਾ, ਫਿਰ ਤਾਂ ਬੰਦਾ ਕਹਿ ਦਿੰਦਾ ਉਹ ਉਹ ਹਿਸਾਬ ਹੀ ਆ, ਜਿਵੇਂ ਹੁਣ ਇੱਕ ਗਾਣੇ ਚ ਕਿਹਾ ਨੀ ਸਿੱਕ ਇੰਡਸਟਰੀ ਚ ਠੁੱਕ ਸਲਮਾਨ ਵਰਗੀ, ਬਾਕੀ ਉਹਨਾਂ ਦਾ ਜਿਹੜਾ ਵਿਗੜ ਗਿਆ ਮੁੜ ਕੇ ਉਹਦੀ ਕਦੇ ਤੁਹਾਨੂੰ ਫਿਲਮ ਤੱਕ ਕੀ ਐਡ ਤੱਕ ਦੇਖਣ ਨੂੰ, ਐਡ ਤੱਕ ਦੇਖਣ ਨੂੰ ਨਹੀਂ ਮਿਲਣੀ, ਉਹੀ ਸਿਰਫ ਖਤਮ ਕਰ ਦਿੰਦਾ। ਹੁਣ ਵੀ ਕੁਛ ਇਦਾਂ ਦੇ ਆਰਟਿਸਟ ਦੇਖੇ ਆ ਜਿਨ੍ਹਾਂ ਦੇ ਗਾਣੇ ਆਏ ਆ ਤੇ ਪਤਾ ਵੀ ਨਹੀਂ ਲੱਗਿਆ ਕਿ ਗਾਣੇ ਆਏ ਆ ਕਿ ਚਲੇ ਵੀ ਗਏ ਸਿਸਟਮ। ਸੀਰੀਅਸਲੀ ਮੈਂ, ਸਿੱਧੂ ਮੂਸੇ ਵਾਲਾ, ਸਿੱਧੂ ਮੂਸੇ ਵਾਲਾ ਸਿਰਫ ਇਕੱਲਾ ਨਾਂ ਨਹੀਂ ਹੈਗਾ, ਸਦਾ ਦੇ ਬ੍ਰਾਂਡ ਆ ਬੰਦਾ, ਬ੍ਰਾਂਡ ਸਿੱਧੂ ਮੂਸੇ ਵਾਲਾ ਬ੍ਰਾਂਡ ਆ। ਜਿਹੜੇ ਤੇਰੇ ਕੋਲੇ ਆ ਕੇ ਬੁੱਕਦੇ ਨੇ ਪੁੱਛੀ ਉਹਨਾਂ ਤੋਂ ਮੈਂ ਇਕੱਲਾ ਇਕੱਲਾ ਪੁਜਾਇਆ ਹੋਇਆ ਹੈ, ਹੁਣ ਦੱਸ ਲੋਕੀ ਦਾ ਕੰਡਾ ਕੱਢਣਾ ਅੱਜ ਗੱਭਰੂ ਜਮਾਨ ਤੇਰੀ ਸਰਾ ਧੱਕਾ ਧੱਕੀ ਲਈ ਆਉਂਦਾ ਕੰਮ ਉਸਤਾਦ, ਜਿਹੜੇ ਹਿਸਾਬ ਦਾ ਫਲੋ ਬਣ ਗਿਆ ਨਾ ਝੋਟੇ ਦਾ ਸਾਂਝ ਜੱਟ ਦਾ ਉਸ ਹਿਸਾਬ ਦਾ ਫਿਰ ਫੜ ਲੈਂਦਾ, ਹੁਣ ਜਿੱਦਾਂ ਦੇ ਤੂੰ ਫਿਰਦਾ ਇਹ ਕੰਮ ਕਰਦਾ ਹੁਣ ਉਹ ਗੱਲ ਤੇ ਆ ਗਿਆ। ਉਮਰ ਨਾ ਲੱਗੇ ਜੀਵਨ ਦੀ ਤੇਰੀ ਰਹੇ, ਹਾਂਜੀ ਮਿੱਤਰਾ 2 ਸਾਲਾਂ ਚ ਇੱਥੇ ਆਇਆ, ਐਂ ਬਾਹ ਮਾਰਨੀ ਬਹੁਤ ਸੌਖੀ ਹੈ, ਨਾਲੇ ਬਾਂਹ ਤੇਰੇ ਨਾਲੋਂ ਮੇਰੀ ਕਿਤੇ ਜ਼ਿਆਦਾ ਵੱਡੀ ਹੈ ਵੀਰੇ, ਇਹ ਬਾਂਹ ਸਦਾ ਸਲੂਟ ਕਰ ਲਈ ਚੁੱਕੀ ਹੈ, ਆਹ ਕਰ ਲਈ ਚੁੱਕੀ ਵੀਰੇ। ਸੀਰੀਅਸਲੀ ਮੈਨ, ਸੀਰੀਅਸਲੀ, ਸੀਰੀਅਸਲੀ ਰਿਸਪੈਕਟ, ਰਿਸਪੈਕਟ ਮਸਟ, ਹਰ ਇੱਕ ਦੀ ਰਿਸਪੈਕਟ ਜ਼ਰੂਰੀ ਆ, ਚਾਹੇ ਆਉਂਦੇ ਕੀ ਲਾਈਫ ਚ ਘੈਂਟ ਜੇ ਬਣਨ ਨਾ ਆਪਣੇ ਆਪ ਚ, ਹਾਂ ਨਾ ਉਹ ਸਵਾਲ ਨਹੀਂ ਆ ਰਿਹਾ, ਹਾਂ ਸਰ ਕਰਨ ਕੀ ਆਏ ਹੋ ਯਾਰ,
ਗੱਲ ਪਤਾ ਕੀ ਹੈ ਯਾਰ, ਘੱਟੋ ਘੱਟ ਤੁਸੀਂ ਬੰਦੇ ਦੀ ਰਿਸਪੈਕਟ ਨਹੀਂ ਵੀ ਕਰਨੀ, ਸਟਰਗਲ ਤਾਂ ਦੇਖੋ ਯਾਰ। ਬੰਦਾ ਆਪਣੀ ਫੈਮਿਲੀ ਨਾਲ ਆਇਆ ਵਾ, ਸਿੱਧੂ ਉਹਦੇ ਫਾਦਰ ਪਿੱਛੇ ਬੈਠੇ ਆ, ਬੰਦੇ ਦੀ ਤੁਸੀਂ ਯਾਰ ਇੱਕ ਰਿਸਪੈਕਟ ਜ਼ਰੂਰੀ ਆ, ਚਾਹੇ ਫੈਮਿਲੀ ਨਾਲ ਨਹੀਂ ਵੀ ਆਇਆ, ਰਿਸਪੈਕਟ ਜ਼ਰੂਰੀ ਆ ਬਈ। ਠੀਕ ਆ, ਕੋਈ ਵੀ ਬੰਦਾ ਵਾ, ਚਾਹੇ ਮੈਂ ਤਾਂ ਅਸੀਂ ਪਹਿਲਾਂ ਗੱਲ ਕੀਤੀ ਨਾ ਕਿ ਜਦੋਂ ਲਾਈਵ ਸ਼ੁਰੂ ਕੀਤਾ ਵਾ ਰਿਐਕਸ਼ਨ ਦੇਣਾ, ਕਿ ਸਟੇਜ ਦੇ ਉੱਤੇ ਜਿਹੜੇ ਬੰਦੇ ਨੇ ਲਾਈਟਿੰਗ ਵੀ ਕੀਤੀ ਹੈ ਨਾ, ਤਾਰਾਂ ਤੇ ਟੇਪ ਵੀ ਚੜਾਈ ਆ, ਠੀਕ ਆ, ਉਹਨੂੰ ਵੀ ਸਲਿਊਟ ਆ, ਉਹਦਾ ਵੀ ਕੰਮ, ਉਹਨੂੰ ਵੀ ਉਹਦੀ ਵੀ ਮਿਹਨਤ ਲੱਗੀ ਆ, ਉਹਦੀ ਵੀ ਰਿਸਪੈਕਟ ਆ। ਸਹੀ ਆ ਬਈ, ਰਿਸਪੈਕਟ ਹਰ ਇੱਕ ਦੀ ਕਰਨੀ ਚਾਹੀਦੀ, ਹਰ ਇੱਕ ਦੇ ਕੰਮ ਦੀ ਕਰਨੀ ਚਾਹੀਦੀ। ਹੱਥ ਮਾਰਨਾ ਬਹੁਤ ਸੌਖੀ ਗੱਲ ਆ, ਉਹੀ ਗੱਲ ਇਹਨੇ ਕਿਹਾ ਵੀ ਹੱਥ ਮਾਰਨਾ ਬਹੁਤ ਸੌਖੀ ਗੱਲ ਆ। ਹੱਥ ਮੇਰਾ ਸਲੂਟ ਮਾਰਨ ਲਈ ਝੁੱਕਿਆ ਉੱਠਿਆ ਵਾ, ਏਦਾਂ ਨੂੰ ਝੁਕਣ ਲਈ ਨੀ ਕਦੇ ਮੈਂ ਕੀਤਾ। ਭਰਾਵਾਂ ਵਾਂਗੂ ਪਿਆਰ ਕਰਨਾ ਹੈ ਮੇਰੇ, ਪਿਆਰ ਕਰਿਆ ਕਰੋ, ਕੁੱਤੇ ਖਾਣੇ ਚ ਮੈਂ ਵੀ ਸ਼ੇਰਾਂ ਤੁਸੀਂ ਵੀ ਸ਼ੇਰੋ, ਠੀਕ ਹੈ ਨਾ। ਜਦੋਂ ਇਹਦੇ ਨਾਲ ਹੋਈ ਵੀ ਨੀ, ਇਹ ਚੀਜ਼ ਇਹਦੇ ਨਾਲ ਨੀ ਹੋਈ, ਇਹ ਚੀਜ਼ ਇਹ ਹੋਈ ਸੀ ਅਫਸਾਨਾ ਖਾਨ ਨਾਲ ਹੋਈ ਸੀ, ਸਭ ਨੂੰ ਪਤਾ ਹੀ ਆ ਇਹ ਚੀਜ਼ ਹੋਈ ਸੀ, ਤੇ ਬੰਦੇ ਨੇ ਕੱਢਤੀ ਉਹ ਚੀਜ਼ ਇੱਥੇ ਵੀ, ਰਾੜ ਕੇ ਰੱਖੀ ਨੀਗੀ। ਵਾਕਈ ਮਾਈਕ ਨੀ ਬੰਦ ਹੋਣਾ ਚਾਹੀਦਾ ਉਸਤਾਦ, ਇਹ ਗਾਣਾ ਚੱਲਣਾ ਚੱਲਣਾ। ਮਾਈਕ ਬੰਦ ਹੋ ਜਾਂਦਾ ਕਈ ਵਾਰੀ, ਖੜਾ ਨਾ ਹੀ ਗਵਾ ਦੂ ਮੈਂ ਸਾਰਾ ਕੁਛ। ਉਸਤਾਦ ਜਿਹੜਾ ਕਹਿ ਰਹੇ ਹੋ ਗਾਣਾ ਬਰਾਬਰ ਆਉਣਾ ਚਾਹੀਦਾ ਯਾਰ ਤੁਹਾਨੂੰ ਸਾਰਿਆਂ ਨੂੰ ਹੈ, ਠੀਕ ਹੈ ਨਾ। ਸਹੀ ਗੱਲ ਆ, ਹੁਣ ਜਿੱਦਾਂ ਦੇ ਤੂੰ ਫਿਰਦਾ ਇਹ ਕੰਮ ਕਰਦਾ ਹਾ, ਕਰਾਊਡ ਦੀ ਆਵਾਜ਼ ਚੈੱਕ ਕਰ, ਤੂੰ ਬਿਨਾ ਮਾਈਕ ਤੋਂ ਪ੍ਰੋਪਰ ਆਵਾਜ਼ ਆ ਰਹੀ ਆ ਉੱਥੇ ਤੱਕ, ਸਟੇਜ ਤੱਕ। ਪ੍ਰਾਊਡ ਫੀਲ ਹੋਇਆ ਉਹਨਾਂ ਨੂੰ ਬਹੁਤ ਜ਼ਿਆਦਾ, ਦੁਨੀਆ ਯਾਰ ਕਿਆ ਨਜ਼ਾਰਾ ਮੈਨ, ਕਿੱਡੀ ਘੈਂਟ ਫੀਲਿੰਗ ਹੋਣੀ ਆ ਯਾਰ, ਕਿੰਨਾ ਪਿਆਰ ਕਰਦੇ ਆ ਲੋਕੀ ਸਿੱਧੂ ਨੂੰ ਯਾਰ, ਦੇਖ ਉਸਤਾਦ। ਹਜੇ ਲੋਕੀ ਕਹਿ ਰਹੇ ਸਿੱਧੂ ਦੇ ਲਾਈਵ ਤੇ ਇਕੱਠ ਨੀ ਹੈਗਾ, ਉਹ ਖਾਲੀ ਫੋਟੋ ਭੇਜੀ ਜਾਂਦੇ ਸੀ ਜਦੋਂ ਇਕੱਠ ਸ਼ੁਰੂ ਵੀ ਨੀ ਹੋਇਆ ਸੀ, ਤੇ ਜਦੋਂ ਗਰਾਊਂਡ ਖਾਲੀ ਹੋ ਗਿਆ ਸੀ ਉਹ ਦਿਖਾਈ ਜਾਂਦੇ ਸੀਗੇ। ਬਟ ਯਾਰ ਆ ਚੈੱਕ ਕਰ ਕਰਾਊਡ ਦੀ ਆਵਾਜ਼, ਇਹ ਤਾਂ ਨੀ ਕੋਈ ਬਣਾ ਸਕਦਾ। ਰਿਹਰਸਲ ਟਾਈਮ ਹੁੰਦਾ ਜੀ, ਜਦੋਂ ਲਾਈਵ ਲਾਉਣ ਤੋਂ ਇੱਕ ਦਿਨ ਪਹਿਲਾਂ ਉਹ ਜਾਂਦੇ ਸਟੇਜ ਤੋਂ ਚੈੱਕ ਕਰਦੇ ਆ ਉਹਦੀ ਫੋਟੋ ਸੀ ਉਹ ਬਾਈ, ਇੱਥੋਂ ਚੈੱਕ ਕਰ, ਆ ਤਾਂ ਕੋਈ ਡੁਪਲੀਕੇਟ ਨੀ ਹੋ ਸਕਦਾ, ਇਹ ਤਾਂ ਲਾਈਵ ਹੀ ਪਾਇਆ ਹੋਇਆ ਸੀ ਕਿਸੇ ਨੇ। ਸਹੀ ਗੱਲ ਆ, ਨਾਲੇ ਇਹ ਲਾਈਵ ਦਾ ਚਰਚੀ ਬਹੁਤ ਪਤਾ ਹੀ ਸਾਰਿਆਂ ਨੂੰ ਕਿੰਨਾ ਘੱਟ ਸੀ। ਕਰਾਊਡ ਦੀ ਆਵਾਜ਼ ਚੈੱਕ ਕਰ ਯਾਰ, ਕਿਆ ਪ੍ਰਾਊਡ ਫੀਲਿੰਗ ਉਸਤਾਦ, ਆ ਜੋ ਸੁਣਦੇ ਆ ਯਾਰ। ਉਸਤਾਦ ਜਿਹੜ ਕੇ ਆ ਰਹੇ ਹੋ ਗਾਣਾ ਬਰਾਬਰ ਆਉਣਾ ਚਾਹੀਦਾ ਯਾਰ ਤੁਹਾਨੂੰ ਸਾਰਿਆਂ ਨੂੰ ਹੈ, ਠੀਕ ਹੈ ਨਾ। ਹੁਣ ਜਿੱਦਾਂ ਦੇ ਤੂੰ ਫਿਰਦਾ ਇਹ ਕੰਮ ਕਰਦਾ ਹਾ, ਤੇ ਉਮਰ ਨਾ ਲੱਗੇ ਨੀ ਓਏ ਹੋਏ 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 ਹੋ, ਮਾਮਿਆਂ ਦੀ ਡਾਰ ਤੇਰੇ ਮੂਹਰੇ ਹੁੰਦੀ ਹੈ, ਕਿੱਡੀ ਬੰਬ ਫੀਲਿੰਗ ਯਾਰ। ਤੁਹਾਨੂੰ ਯਾਦ ਆ, ਠੀਕ ਆ, ਚਲੋ ਤੁਸੀਂ ਗਾਓਗੇ ਨਾਲ, ਮੈਂ ਗਾਵਾਂ ਤੂੰ ਗਾਵੇ, ਹੈ ਨਾ। ਬੰਦਾ ਕੋਈ ਗਾਵੇ ਨਾ, ਬੇਇੱਜ਼ਤੀ ਕਰਨ ਦਾ ਮਾਰਾ ਚੁੱਪ ਹੋ ਜਾਏ, ਠੀਕ ਆ, ਆਪਾਂ ਸ਼ਰਮ ਦੇ ਮਾਰੇ ਗਾਈ ਜਾਵਾਂਗੇ, ਠੀਕ ਆ ਬਾਈ। ਬੰਦੇ ਦੀ ਇੱਕ ਆਵਾਜ਼ ਤੇ ਜਿੰਨਾ ਬੰਦਾ ਬੈਠਾ, ਲੱਖ ਦੋ ਲੱਖ ਤਿੰਨ ਲੱਖ ਚਾਰ ਲੱਖ ਜਿੰਨਾ ਬੰਦਾ ਡਿੜਵੇ ਲਾਈਵ ਤੇ ਸੀਗਾ ਬਾਈ, ਸਾਰਾ ਬੰਦਾ ਲਾਈਵ ਨਾਲ ਗਾਣਾ ਗਾ ਰਿਹਾ ਉਸਤਾਦ। ਬੰਦੇ ਦੀ ਪਾਵਰ ਚੈੱਕ ਕਰ, ਸਿੱਧੂ ਦੀ, ਸਿੱਧੂ ਦਾ ਐਟੀਟਿਊਡ ਚੈੱਕ ਕਰ ਭਰਾ, ਉਹਦੀ ਪਰਸਨੈਲਿਟੀ ਦੇਖ, ਸਾਂਝ ਆਟਾ ਸਾਂਝ ਜੱਟ ਉਸਤਾਦ ਜੀ, ਝੋਟਾ ਐਵੇਂ ਨੀ ਕਹਿੰਦੇ, ਨਾਟ ਗਿਆਰਾਂ ਕੱਲਾ ਇੰਡਸਟਰੀ ਨੂੰ ਖਿੱਚੀ ਫਿਰਦਾ। ਇਹ ਹੈ ਬਣਾਉਣਾ ਸ਼ੇਰ ਕਰੇ,
अपने पिंड खड़े झूठा किने किने लिया सीरियसली मैन सीरियसली 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 डाउन टू अर्थ परसन कैंट परसनैलिटी कैंट बंदा डेलीवर करता यार बंदे ने है ना आ रब कुड्डा नजारा आना यार जद इन्नी दुनिया जद सिद्धू टाणी होना सोच प्यो आया हुआ आखर ना फादर चाचा चाचा दे जो ना के मेरे मुंडे पिछे एक कल्ले पिछे किन्ना 4 लाख बंदा वाए चक्कर किन्ना प्राउड फील होंदा होना उस टाइम यार ते बंदा नाल लाइव ते लेके गया वा जमानत ते आया ते नाल लेके गया फादर नु सेम वही जैकेट कपड़े कुर्ते पजामा पाया वही जैकेट ओ गंदी है हां उदन दी होनी है क्या गलबात है यार रंग बनया जेड़ा बंदे ने यार लाइव दे विच तुसी चेक कीता ही आ ना पहला गाना चलदा पया डॉलर फिर आ गया अक्का बिल्लियां ते गल्लां गोल मोड़नी फिर आ गया गाना दूजा बिंदर किया साहब दा मारदा पैरा च थानेदार रोलदा ठीक फिर आ गया उस तो बाद डॉलर दे उत्ते सही आ फिर उस तो बाद आ गया जदों धक्के दे उत्ते दा कर गया धक्का के भरावा माइक नहीं बंद होना चाहिए धक्का बारी कहते माइक बंद मतलब बंदा इन्ने चिर बाद भुलिया नहीं गल जवाब अगला कहता उत्थे दवा जिथे आना नहीं यार सिद्धू दा लाइव होवे ਕਿਸੇ ਦਾ ਵੀ ਲਾਈਵ ਹੋਵੇ ਲਾਈਵ ਦੇਖਣ ਜ਼ਰੂਰ ਜਾਣਾ ਚਾਹੀਦਾ ਯਾਰ ਹਾਂ ਦੇਖਣਾ ਚਾਹੀਦਾ ਹਰ ਇੱਕ ਦਾ ਲਾਈਵ ਦੇਖਣਾ ਚਾਹੀਦਾ ਕਿਉਂਕਿ ਆਪਣੇ ਹੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਕਿਉਂਕਿ ਇਹ ਚੀਜ਼ ਹੈ ਜੇ ਤੁਸੀਂ ਨੋਟਿਸ ਕਰਿਆ ਕਰੋ ਜਦੋਂ ਬਾਹਰ ਲਾਈਵ ਲੱਗਦੇ ਆ ਨਾ ਜਦੋਂ ਬਾਹਰਲੇ ਆਰਟਿਸਟ ਲਾਈਵ ਲਾਉਂਦੇ ਆ ਉਹਨਾਂ ਦੀ ਕਮਿਊਨਿਟੀ ਦੇ ਬੰਦੇ ਲਾਈਵ ਦੇਖਣ ਜਾਂਦੇ ਆ ਉਹ ਸਭ ਪੂਰਾ ਕਰਾਊਡ ਕਿਉਂਕਿ ਉਹ ਆਪਣੀ ਕਮਿਊਨਿਟੀ ਦੇ ਬੰਦੇ ਜਦੋਂ ਉਹਨਾਂ ਦਾ ਲਾਈਵ ਲਾਉਂਦਾ ਉਹ ਪ੍ਰਾਊਡ ਫੀਲ ਕਰਦੇ ਆ ਕਿ ਸਾਡੀ ਕਮਿਊਨਿਟੀ ਦਾ ਬੰਦਾ ਵਾ ਠੀਕ ਆ ਲਾਈਵ ਲਾ ਰਿਹਾ ਅਸੀਂ ਜਾਈਏ ਟਿਕਟ ਬਾਏ ਕਰੀਏ ਹਨਾ ਉੱਥੇ ਤਾਂ ਸਗੋਂ ਟਿਕਟਾਂ ਲੱਗਦੀਆਂ ਆਪਣੇ ਇੱਥੇ ਫ੍ਰੀ ਲਾਈਵ ਖੁੱਲਾ ਖਾੜਾ ਇਦਾਂ ਲੱਗਦੇ ਹਨਾ ਆਪਾਂ ਨੂੰ ਜਾਣਾ ਚਾਹੀਦਾ ਉਸਤਾਦ ਜੀ ਬਿਨਾਂ ਕਿਸੇ ਦੇ ਕਹੇ ਤੇ ਆਪਣਾ ਨੂੰ ਜਾਣਾ ਚਾਹੀਦਾ ਕਿਉਂਕਿ ਇੱਥੋਂ ਇਹੀ ਇਦਾਂ ਦੇ ਜਿਵੇਂ ਉਹਨਾਂ ਦੇ ਲਾਈਵ ਦੀਆਂ ਫੋਟੋਆਂ ਵੀਡੀਓਜ਼ ਆਪਣੇ ਇੰਡੀਆ 'ਚ ਆਉਂਦੀਆਂ ਨੇ ਪੰਜਾਬ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਫਿਰ ਆਪਣੀਆਂ ਜਾਣਗੀਆਂ ਸਹੀ ਆ ਆਪਣਾ ਨਾਮ ਵਧੀਆ ਪੰਜਾਬ ਦਾ ਕਿ ਯਾਰ ਪੰਜਾਬ ਦਾ ਇਹ ਆਰਟਿਸਟ ਹਨਾ ਉਹਦੇ ਤੇ ਇੰਨਾ ਕਰਾਊਡ ਸੀ ਹਨਾ ਏਦਾਂ ਬੰਦੇ ਆਏ ਆ ਜੇ ਆ ਉਹ ਹਨਾ ਵਧੀਆ ਚੀਜ਼ ਆ ਜਾਣਾ ਚਾਹੀਦਾ ਯਾਰ ਹਰ ਇੱਕ ਆਰਟਿਸਟ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵਾਕਈ ਗਾਣਿਆਂ ਦੇ ਗਾਣਿਆਂ ਨੂੰ ਸਿਰਫ ਗਾਣਿਆਂ ਦੇ ਤੌਰ ਤੇ ਲੈਣਾ ਚਾਹੀਦਾ ਸਿਰਫ ਜਦੋਂ ਤੇ ਸਵਾਦ ਲੋ ਬਸ ਜਦੋਂ ਤੁਸੀਂ ਵੀ ਆਪਣੀ ਜਿਹੜੇ ਕੁਝ ਬੰਦੇ ਨੈਗੇਟਿਵਿਟੀ ਵੱਲ ਲੈ ਜਾਂਦੇ ਆ 80% ਦਾ 90% ਬਿਲਕੁਲ ਸਹੀ ਸੋਚਦੇ ਆ ਗਾਣੇ ਇਹ ਕੁਝ ਚੰਦ ਕ ਬੰਦੇ ਹੁੰਦੇ ਹਾਂ ਜੇ ਤੁਸੀਂ ਵੀ ਸਹੀ ਸਾਈਡ ਲੈਣ ਲੱਗ ਜਾਓਗੇ ਨਾ ਤੁਹਾਨੂੰ ਸੀਰੀਅਸਲੀ ਗਾਣਾ ਇੰਜੋਏ ਕਰਨ ਦਾ ਸਵਾਦ ਹੀ ਵੱਖਰਾ ਆਉਣ ਲੱਗ ਜਾਣਾ ਯਾਰ ਜਿਹਨੂੰ ਨਹੀਂ ਵਧੀਆ ਲੱਗਦਾ ਨਾ ਸੁਣੋ ਨਾ ਸੁਣੋ ਸੀਰੀਅਸਲੀ ਮੈਂ ਕੱਲਾ ਸਿੱਧੂ ਨਹੀਂ ਕੋਈ ਵੀ ਆ ਸੀਰੀਅਸਲੀ ਮੈਂ ਸੀਰੀਅਸਲੀ ਸੁਣਨਾ ਵੀ ਆ ਨਿੰਦਣਾ ਵੀ ਉਹ ਕੰਮ ਨਹੀਂ ਜਾਂਦਾ ਸੀਰੀਅਸਲੀ ਮੈਂ ਹੁਣ ਮੈਂ ਦੇਖਿਆ ਇੱਕ ਦੋ ਦਿਨ ਦੇ ਵਿੱਚ ਇੱਕ ਭਰਾ ਦਾ ਕਮੈਂਟ ਆਇਆ ਅੱਜ ਵੀ ਆਇਆ ਇੱਕ ਦਾ ਕਿ ਮੈਂ ਤੁਹਾਡਾ ਚੈਨਲ ਅਨਸਬਸਕ੍ਰਾਈਬ ਕਰਨ ਲੱਗਾ ਵੀ ਮੈਨੂੰ 2 ਦਿਨ ਹੋ ਗਏ ਤੁਹਾਨੂੰ ਗਾਣਾ ਕਹਿੰਦੇ ਨੂੰ ਤੁਸੀਂ ਗਾਣਾ ਨਹੀਂ ਕਰਦੇ ਪਏ ਮੈਂ ਤੁਹਾਡਾ ਚੈਨਲ ਅਨਸਬਸਕ੍ਰਾਈਬ ਕਰਨ ਲੱਗਾ ਲਾਈਕ ਯਾਰ ਦੇਖ ਸਬਰ ਪੇਸ਼ੈਂਸ ਰੱਖਣਾ ਪੈਣਾ ਵੀਰੇ ਤੁਸੀਂ ਬਾਕੀ ਵੀ ਕਹਿਣ ਲੱਗ ਜਾਂਦੇ ਨਾ ਜਿਨ੍ਹਾਂ ਨੇ ਪਹਿਲਾਂ ਕਮੈਂਟ ਕੀਤੇ ਆ ਦੇਖ ਉਹਦਾ ਕਰਨਾ ਤਾਂ ਹੈਗਾ ਹੀ ਆ ਮੈਂ ਨਾ ਸੀਰੀਅਸਲੀ ਉਸਤਾਦ ਸੀਰੀਅਸਲੀ ਮੈਂ ਉਹਨਾਂ ਭੈਣਾਂ ਨੂੰ ਸਿਰ ਝੁਕਾ ਕੇ ਸਲਿਊਟ ਕਰਦਾ ਦਿਲੋਂ ਸਤਿਕਾਰ ਕਰਦਾ ਭੈਣ ਨੇ ਇੱਕੋ ਕਮੈਂਟ ਕਰਦੇ ਆ ਹਾਂ ਡਿੜਬਾ ਲਾਈਵ ਡਿੜਬਾ ਲਾਈਵ ਬਹੁਤ ਚਿਰ ਹੋ ਗਿਆ ਕਰਦੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕਮੈਂਟ ਕਰਦੇ ਨੂੰ ਮੇਰੀ ਭੈਣ ਨੂੰ ਕਦੇ ਇੱਕ ਵਾਰ ਵੀ ਐ ਨਹੀਂ ਕਿਹਾ ਵੀ ਕਰੋ ਕਰਦੇ ਨਹੀਂ ਵਗੈਰਾ ਬਿਲਕੁਲ ਨਾਮ ਵੀ ਯਾਦ ਆ ਭੈਣ ਦਾ ਨਾਮ ਲੈਣਾ ਨਹੀਂ ਅਸੀਂ ਇਦਾਂ ਕਿਸੇ ਦੀ ਆਈਡੀ ਦਾ ਨਾਮ ਨਹੀਂ ਲੈ ਸਕਦੇ ਹਨਾ ਸੀਰੀਅਸਲੀ ਕਿਸੇ ਨੇ ਪ੍ਰਾਈਵੇਟ ਰੱਖਣਾ ਹੁੰਦਾ
बट सीरियसली भैणा नूं रिस्पैक्ट आ, इन्ना पेशेंस इन्ना सबर, क्योंकि उन्हां नूं पता सी कि बाकी भी कमेंटां दी आना कमेंटां करके चलदे पए आ गाणे। असीं सीरियसली महीना डेढ़ दो महीने आ जदों दा वी चैनल बनाया, सिर्फ असीं अपनी पसंद दा इक गाणा कीता रुत्त प्यार दी, सिर्फ इक गाणा, सारे गाने ताड़ी चॉइस दे हो रहे आ। ब्रदर पेशेंस रखने पैने आ, तुसीं अनसबसक्राइब करना कोई चक्कर नहीं, कर दो वीरे, बिल्कुल बिल्कुल, असीं ताड़े कमेंट दा फिर भी रिप्लाई कर रहे आ। तुसीं जिहड़े चैनल ते जाके तुसीं पसंद दा तुहानूं होर ਤੁਸੀਂ ਸੁਣ ਸਕਦੇ ਹੋ, ਤੁਸੀਂ ਉਹਨਾਂ ਦਾ ਤੁਹਾਡੇ ਮਰਜ਼ੀ ਦਾ ਕਰਦੇ ਪਏ ਆ, ਜਰੂਰ ਸੁਣੋ, ਤੁਹਾਡੇ ਕਮੈਂਟ ਦਾ ਰਿਪਲਾਈ ਵੀ ਕਰਦੇ ਆ ਜੇ ਅਗਲੇ, ਤੁਸੀਂ ਉਹਨਾਂ ਨੂੰ ਕਹੋ ਜਾ ਕੇ, ਜੇ ਲਾਈਕ ਵੀ ਕਰ ਦੇਣ ਤੁਹਾਡਾ ਕਮੈਂਟ ਤਾਂ ਬ੍ਰੋ ਸਾਨੂੰ ਜਰੂਰ ਸਕਰੀਨਸ਼ਾਟ ਸੈਂਡ ਕਰਿਓ, ਹੈ ਨਾ, ਹੁਣ ਤਾਂ ਜਰੂਰ ਕਰਨਗੇ ਕਿਉਂਕਿ ਅਸੀਂ ਇਹ ਗੱਲ ਕਹਿਤੀ ਕਿ ਸਕਰੀਨਸ਼ਾਟ ਭੇਜੋ, ਉਹ ਬੰਦਾ ਤਾਂ ਜਰੂਰ ਕਰੂਗਾ, ਹੋਰ ਕੋਈ ਕਰੇ ਨਾ ਕਰੇ, ਦੇਖਣੀ ਕਮੈਂਟ ਕਰਨੇ ਵੀ ਸ਼ੁਰੂ ਹੋ ਜਾਣੇ। ਚਲੋ ਯਾਰ ਸ਼ੁਰੂ ਤੋਂ ਹੀ ਉਹ ਚੀਜ਼ ਬਣਾ ਕੇ ਰੱਖੇ ਕਰੋ, ਬਾਕੀ ਸੰਤ ਆ ਗਿਆ ਨਜ਼ਾਰਾ, ਤੇ ਤੁਸੀਂ ਵੀ ਲਓ ਸਵਾਦ, ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ, ਘੰਟੀ ਵਾਲਾ ਬਟਨ ਨਾ ਵੀ ਦੱਬਿਓ, ਕੋਈ ਚੱਕਰ ਨਹੀਂ, ਅਡੀਓਜ਼ ਅਮੀਗੋ।